ਤੁਸੀਂ ਜਿਸ ਧਰਮ ਨੂੰ ਵੀ ਬਿਲੋਂਗ ਕਰਦੇ ਹੋ ਉਸਨੂੰ ਉਸਦੀ ਰਿਸਪੈਕਟ ਕਰਨੀ ਬੇਹੱਦ ਜ਼ਿਆਦਾ ਜ਼ਰੂਰੀ ਹੈ। ਧਰਮ ਦੇ ਨਾਂ 'ਤੇ ਬੇਅਦਬੀ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਕਈ ਵਾਰੀ ਅਸੀਂ ਜਿਹੜੀ ਜਿਸਦੀ ਪੂਜਾ ਕਰਦੇ ਹਾਂ ਉਹਨਾਂ ਮੂਰਤੀਆਂ ਨੂੰ ਅਜਿਹੀ ਥਾਂ 'ਤੇ ਰੱਖ ਦਿੰਦੇ ਹਾਂ ਜਿੱਥੇ ਲੋਕ ਆਮ ਤੌਰ 'ਤੇ ਚੱਲਦੇ ਫਿਰਦੇ ਨੇ। ਮੰਦਿਰਾਂ 'ਤੇ ਜਿਹੜੀ ਮੂਰਤੀਆਂ ਹੁੰਦੀਆਂ ਉੱਥੇ ਤੁਸੀਂ ਚੱਪਲਾਂ ਪਾ ਕੇ ਵੀ ਨਹੀਂ ਜਾਂਦੇ। ਅਸੀਂ ਧਾਰਮਿਕ ਕਿਤਾਬਾਂ ਪੜ੍ਹਦੇ ਨੇ ਉਹਨਾਂ ਦੀ ਬੇਅਦਬੀ ਇੱਥੇ ਕਰ ਰੱਖੀ ਹੈ ਲੋਕਾਂ ਨੇ। ਕਿਹਾ ਜਾਂਦਾ ਹੈ ਕਿ ਪਿੱਪਲ ਦੇ ਪੇੜ ਦੇ ਥੱਲੇ ਰੱਖਣੀ ਚਾਹੀਦੀ ਹੈ। ਹੁਣ ਇਹ ਕਿੰਨੇ ਕਿਹਾ ਹੈ, ਕਿੰਨੀ ਕੁ ਸੱਚਾਈ ਹੈ ਇਹ ਕੋਈ ਨਹੀਂ ਦੇਖਦਾ। ਲਿਖਦੇ ਨਾਲ ਜਿਹੜੀ ਹੈ ਪਰਿਆਵਰਨ ਜ਼ਰੂਰ ਪ੍ਰਦੂਸ਼ਿਤ ਕਰ ਰਹੇ ਨੇ, ਜਿਹੜੀ ਹੈ ਬੇਅਦਬੀ ਕਰ ਰਹੇ ਹੈ ਉਸ ਧਰਮ ਦੀ, ਉਸ ਰੱਬ ਦੀ ਜਿਸ ਨੂੰ ਅਸੀਂ ਮੰਨਦੇ ਨੇ। ਬੜੀ ਆਸਥਾ ਨਾਲ ਲੈ ਕੇ ਆਉਣਾ, ਜਦੋਂ ਕਹੇ ਨਹੀਂ ਖੰਡੀ ਜਾਂ ਕੁਛ ਵੀ ਹੋ ਜਾਂਦਾ, ਹੁਣ ਇਸ 'ਚ ਆਸਥਾ ਖਤਮ ਹੋ ਗਈ ਬੰਦੇ ਦੀ। ਕੂੜੇ ਵਾਲੇ ਨੂੰ ਲੈ ਕੇ ਜਾਊਗੇ, ਕੂੜੇ ਵਾਲੇ ਜਿੱਥੇ ਮਰਜ਼ੀ ਕੂੜੇ ਦੇ ਵਿੱਚ ਜਾਊਗੇ, ਕੂੜੇ ਦੇ ਵਿੱਚ ਸਾਰੇ ਸ਼ਹਿਰ ਦਾ ਗੰਦ ਆ ਉਹਦੇ ਵਿੱਚ। ਲੋਕਾਂ ਨੂੰ ਅਵੇਅਰਨੈਸ ਆਉਣੀ ਚਾਹੀਦੀ ਹੁੰਦਾ ਨਾ ਵੀ ਤੁਸੀਂ ਪ੍ਰੋਪਰ ਡੀ ਦੀ ਉਹ ਨਿਵਾਰਨ ਕਰੋ, ਇਹਦਾ ਇੱਦਾਂ ਨਹੀਂ ਤੁਸੀਂ ਆਪਣੇ ਪੈਰਾਂ 'ਚ ਥੱਲੇ ਬੋਲਦੇ ਉਹਨਾਂ ਨੂੰ। ਸਿੱਖ ਧਰਮ ਆ, ਕਿਸੇ ਵੀ ਕੋਈ ਵੀ ਧਰਮ ਆ ਉਸ 'ਚ ਇੱਦਾਂ ਦਾ ਤੁਹਾਨੂੰ ਗਲਤੀ ਕੋਈ ਵੀ ਕਰਦਾ ਨਜ਼ਰ ਨਹੀਂ ਆਏਗਾ। ਸਾਡੇ ਧਰਮ 'ਚ ਤਾਂ ਜਿੱਥੇ ਮਰਜ਼ੀ ਜੋ ਮਰਜ਼ੀ ਸਿੱਟੀ ਉਹ। ਸਾਡੇ ਦੇਸ਼ ਦੇ ਵਿੱਚ ਧਰਮ ਨੂੰ ਸਭ ਤੋਂ ਉੱਤੇ ਮੰਨਿਆ ਜਾਂਦਾ। ਅਸੀਂ ਧਰਮ ਕਹਿੰਦੇ ਤਾਂ ਹੈ ਚਾਹੇ ਕੋਈ ਵੀ ਧਰਮ ਹੋ, ਲੇਕਿਨ ਧਰਮ ਦੇ ਨਾਂ 'ਤੇ ਬੇਅਦਬੀ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਲੇਕਿਨ ਅਸੀਂ ਨਹੀਂ ਜਾਣਦੇ ਸਾਡੀ ਕੁਛ ਗਲਤੀਆਂ ਕਰਕੇ ਅਸੀਂ ਬੇਅਦਬੀ ਕਰ ਰਹੇ ਹਾਂ ਉਸ ਰੱਬ ਦੀ, ਉਸ ਪਰਮਾਤਮਾ ਦੀ ਜਿਸ ਨੂੰ ਅਸੀਂ ਪੂਜਦੇ ਹਾਂ, ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ। ਅਤੇ ਕਈ ਵਾਰੀ ਅਸੀਂ ਜਿਹੜੀ ਜਿਸਦੀ ਪੂਜਾ ਕਰਦੇ ਹਾਂ ਉਹਨਾਂ ਮੂਰਤੀਆਂ ਨੂੰ ਅਜਿਹੀ ਥਾਂ 'ਤੇ ਰੱਖ ਦਿੰਦੇ ਹਾਂ ਜਿੱਥੇ ਲੋਕ ਆਮ ਤੌਰ 'ਤੇ ਚੱਲਦੇ ਫਿਰਦੇ ਨੇ। ਵੈਸੇ ਤਾਂ ਸਾਡੇ ਘਰਾਂ ਦੇ ਵਿੱਚ ਮੰਦਿਰਾਂ 'ਤੇ ਜਿਹੜੀ ਮੂਰਤੀਆਂ ਹੁੰਦੀਆਂ ਉੱਥੇ ਤੁਸੀਂ ਚੱਪਲਾਂ ਪਾ ਕੇ ਵੀ ਨਹੀਂ ਜਾਂਦੇ ਹੋ, ਲੇਕਿਨ ਜਦ ਅਸੀਂ ਉਨ ਮੂਰਤੀਆਂ ਨੂੰ ਸੁੱਟਦੇ ਨੇ ਜਾਂ ਕਹੀਏ ਖੰਡਿਤ ਮੂਰਤੀਆਂ ਨੂੰ ਕਿਤੇ ਨਾ ਕਿਤੇ ਰੱਖਦੇ ਨੇ, ਤਦ ਅਸੀਂ ਇਹ ਨਹੀਂ ਸੋਚਦੇ ਕਿ ਜਿੱਥੇ ਅਸੀਂ ਰੱਖ ਰਹੇ ਹਾਂ ਉਹ ਸਹੀ ਥਾਂ ਹੈ ਜਾਂ ਫਿਰ ਨਹੀਂ। ਲੇਕਿਨ ਇੱਕ ਉਪਰਾਲਾ ਕੀਤਾ ਜਾ ਰਿਹਾ ਇੱਥੇ ਰਾਮ ਮੰਦਿਰ ਸਭਾ ਵੱਲੋਂ, ਜਿਨ੍ਹਾਂ ਵੱਲੋਂ ਜਿਹੜੀ ਵੀ ਮੂਰਤੀਆਂ ਖੰਡਿਤ ਹੋਣ, ਅਤੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਇਹ ਚੁੱਕ ਰਹੇ ਨੇ ਫਿਲਹਾਲ, ਜਿਹੜਾ ਲੋਕ ਇੱਥੇ ਚਾਹੇ ਕਿਸੇ ਕਥਾ ਦੀ ਗੱਲ ਹੋਵੇ ਜਾਂ ਫਿਰ ਜਿਹੜੀ ਅਸੀਂ ਧਾਰਮਿਕ ਕਿਤਾਬਾਂ ਪੜ੍ਹਦੇ ਨੇ ਉਹਨਾਂ ਦੀ ਬੇਅਦਬੀ ਇੱਥੇ ਕਰ ਰੱਖੀ ਹੈ ਲੋਕਾਂ ਨੇ। ਦੀਵੇ ਹੋਣ, ਜਿਹੜੇ ਪ੍ਰਸਾਦ ਹੋਣ, ਉਹ ਵੀ ਇੱਥੇ ਸੁੱਟਿਆ ਹੋਇਆ ਹੈ ਅਤੇ ਇਹ ਚੱਕਰੇ ਨੇ ਚੁੰਨੀਆਂ ਮੌਲੀਆਂ। ਕਿਹਾ ਜਾਂਦਾ ਹੈ ਕਿ ਪਿੱਪਲ ਦੇ ਪੇੜ ਦੇ ਥੱਲੇ ਰੱਖਣੀ ਚਾਹੀਦੀ ਹੈ। ਹੁਣ ਇਹ ਕਿੰਨੇ ਕਿਹਾ ਹੈ, ਕਿੰਨੀ ਕੁ ਸੱਚਾਈ ਹੈ ਇਹ ਕੋਈ ਨਹੀਂ ਦੇਖਦਾ। ਲੇਕਿਨ ਅਸੀਂ ਇਸ ਦੇ ਨਾਲ ਜਿਹੜੀ ਹੈ ਪਰਿਆਵਰਨ ਜ਼ਰੂਰ ਪ੍ਰਦੂਸ਼ਿਤ ਕਰ ਰਹੇ ਨੇ, ਲੇਕਿਨ ਦੂਜੇ ਪਾਸੇ ਅਸੀਂ ਜਿਹੜੀ ਹੈ ਬੇਅਦਬੀ ਕਰ ਰਹੇ ਹਾਂ ਉਸ ਧਰਮ ਦੀ, ਉਸ ਰੱਬ ਦੀ ਜਿਸ ਨੂੰ ਅਸੀਂ ਮੰਨਦੇ ਨੇ। ਅਤੇ ਤੁਸੀਂ ਦੇਖੋ ਇੱਥੇ ਗਣੇਸ਼ ਜੀ ਦੀ ਮੂਰਤੀ ਹੋਵੇ, ਗਣੇਸ਼ ਚਤੁਰਥੀ ਹੁੰਦਾ ਜਾਂ ਜਿਹੜੇ ਫੈਸਟੀਵਲ ਆਉਂਦੇ ਆ ਉਸ ਵੇਲੇ ਇਹ ਸਾਰੀ ਜਿਹੜੀ ਹੈ ਇਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਅਤੇ ਇਹ ਦੇਖੋ ਤੁਸੀਂ ਕਿ ਅਸੀਂ ਬਾਜ਼ਾਰੋਂ ਖਰੀਦਦੇ ਨੇ, ਮੰਦਿਰ ਇਹਨਾਂ ਦੀ ਥਾਂ ਹੈ, ਲੇਕਿਨ ਇਹ ਜਿਹੜੀ ਹੈ ਪੇੜਾਂ ਦੇ ਥੱਲੇ ਜਿਹੜੇ ਪਏ ਹੋਏ ਨੇ। ਤੁਸੀਂ ਦੇਖੋ ਜਿਹੜੇ ਪੋਸਟਰ ਹੁੰਦੇ ਆ ਜਾਂ ਜਿਹੜੀ ਫੋਟੋਜ਼ ਹੁੰਦੀਆਂ ਰੱਬ ਦੀ, ਉਹ ਵੀ ਜਿਹੜੀ ਇੱਥੇ ਸੁੱਟੀਆਂ ਗਈਆਂ ਨੇ, ਲੋਕ ਸੁੱਟ ਜਾਂਦੇ ਨੇ। ਇੰਨੀ ਕਹੀਏ ਕਿ ਇਹ ਤਾਂ ਬਿਲਕੁਲ ਖੰਡਿਤ ਹੈ ਵੀ ਨਹੀਂ ਹੈ, ਫਿਰ ਇਹ ਕੀ ਕਾਰਨ ਨੇ? ਅਤੇ ਇੱਥੇ ਰਾਮ ਸਭਾ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈ। ਤੁਸੀਂ ਕਦ ਤੋਂ ਇਹ ਸ਼ੁਰੂ ਕੀਤਾ ਕੰਮ, ਕਿੰਨੇ ਕੀ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਨੂੰ ਵੈਸੇ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਹੈ, ਲੇਕਿਨ ਅਸੀਂ ਇਸ ਤਰੀਕੇ ਨਾਲ ਇਨਵਾਇਰਮੈਂਟ ਵੀ ਖਰਾਬ ਕਰ ਰਹੇ ਅਤੇ ਦੂਜਾ ਬੇਅਦਬੀ ਵੀ ਹੋ ਰਹੀ? ਮੈਮ ਕਾਫੀ ਸਾਲਾਂ ਤੋਂ ਮੈਂ ਆਪ ਹੀ ਖੁਦ ਇਕੱਲਾ ਕੰਮ ਕਰਦਾ ਜੀ ਮੈਂ, ਅਤੇ ਫਿਰ ਮੈਂ ਮੈਂਬਰ ਹਾਂ ਮੈਂ ਸਭਾ ਦਾ। ਫਿਰ ਮੈਂ ਆਪਣੀ ਸਭਾ 'ਚ ਗੱਲ ਕੀਤੀ, ਜਿੱਦਾਂ ਸੀਨੀਅਰ ਸਿਟੀਜ਼ਨ ਆ ਮੇਰੇ ਸਾਰੇ 80-70 ਪਲੱਸ ਦੇ ਆ, ਇਹ ਵੀ ਵਿਚਾਰੇ ਲੱਗੇ ਰਹਿੰਦੇ ਜਦੋਂ ਮੈਂ ਬੁਲਾਉਂਦਾ। ਅਤੇ ਮੈਂ ਲੋਕਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਮੂਰਤੀਆਂ ਜਾਂ ਕਿ ਟ੍ਰੈਂਡ ਬਣਾਇਆ ਕਿ ਨਵਾਂ ਫੈਸ਼ਨ ਲਿਆਉਣਾ, ਆਹ ਦੇਖੋ ਭਗਵਾਨ ਜੀ ਦੀ ਮੂਰਤੀ ਆ, ਇਹਦੀ ਆਪਾਂ ਗਣੇਸ਼ ਭਗਵਾਨ ਜੀ ਸਭ ਤੋਂ ਪ੍ਰਥਮ ਮੰਨੇ ਜਾਂਦੇ ਆ ਸਾਡੇ ਧਰਮ ਦੇ ਵਿੱਚ, ਇਹਨਾਂ ਦੀ ਮੂਰਤੀ ਦੇਖੋ ਸਭ ਤੋਂ ਵਧੀਆ ਮੂਰਤੀ ਆ। ਅਤੇ ਲੋਕਾਂ ਨੇ ਪਤਾ ਨਹੀਂ ਜਿਸ ਤਰ੍ਹਾਂ ਕੱਪੜੇ ਚੇਂਜ ਕਰਦੇ ਉੱਦਾਂ ਭਗਵਾਨ ਵੀ ਚੇਂਜ ਕਰ ਰਹੇ ਆ, ਪਰ ਲਿਆ ਕੇ ਇੱਥੇ ਤੁਸੀਂ ਸੜਕਾਂ 'ਤੇ ਸਿੱਟ ਰਹੇ ਹੋ, ਇਹ ਕਿਉਂ ਸਿੱਟ ਰਹੇ ਹੋ? ਤੁਹਾਨੂੰ ਕੌਣ ਇਹ ਯਾਦ ਦਿੰਦਾ ਕਿ ਸਿੱਟੋ ਸੜਕਾਂ 'ਤੇ ਜਾ ਕੇ? ਤੁਸੀਂ ਇਹ ਸਿੱਟ ਰਹੇ ਹੋ ਆਪਣੇ ਧਰਮ ਦਾ ਮਾਣ ਕਰ ਰਹੇ ਹੋ, ਇਹਨੂੰ ਇੱਦਾਂ ਲਿਆ ਕੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਭਗਵਾਨ ਜੀ ਨੂੰ ਲੈ ਕੇ ਆਉਣਾ, ਬੜੀ ਆਸਥਾ ਨਾਲ ਲੈ ਕੇ ਆਉਣਾ, ਜਦੋਂ ਕਹੇ ਨਹੀਂ ਖੰਡੀ ਜਾਂ ਕੁਛ ਵੀ ਹੋ ਜਾਂਦਾ, ਹੁਣ ਇਸ 'ਚ ਆਸਥਾ ਖਤਮ ਹੋ ਗਈ ਬੰਦੇ ਦੀ? ਇਸ ਤਰ੍ਹਾਂ ਮਤਲਬ ਕਿ ਆਪਣਾ ਤੁਸੀਂ ਇਹ ਚੀਜ਼ਾਂ ਨਾ ਲਿਆਓ, ਇਹਨਾਂ ਦਾ ਦੂਰੋਂ ਹੀ ਹੱਥ ਜੋੜ ਦਿਓ। ਅਗਰ ਤੁਸੀਂ ਮੰਦਿਰ 'ਚ ਵੀ ਜਾਣਾ ਤਾਂ ਮੰਦਿਰ 'ਚ ਦੂਰੋਂ ਹੀ ਹੱਥ ਜੋੜ ਦਿਓ। ਕਿਸੇ ਵੀ ਧਰਮ ਦੇ ਵਿੱਚ ਜਾਣਾ, ਕਿਸੇ ਵੀ ਵਿਧੀਪੂਰਕ ਢੰਗ ਨਾਲ ਜਾਣਾ, ਆਸਥਾ ਨਾਲ ਜਾਣਾ। ਜਿੰਨਾ ਵੀ ਆਪਾਂ ਜਾ ਰਹੇ ਹਾਂ ਕਿ ਨਸਮਤਕ ਹੋਣ ਭਗਵਾਨ ਦੇ ਮੂਹਰੇ, ਇਹ ਨਹੀਂ ਕਿ ਗਰੂਰ ਨਾ ਜਾਓ ਜਾਂ ਕਿਸੇ ਤਰੀਕੇ ਨਾਲ ਜਾਓ, ਨਮਰਤਾ ਨਾ ਜਾਓ। ਇਹ ਆ ਕਿ ਭਗਵਾਨ ਦੀ ਕਦਰ ਕਰੋ, ਭਗਵਾਨ ਦਾ ਅਪਮਾਨ ਨਾ ਕਰੋ, ਜਿਹੜਾ ਤੁਹਾਨੂੰ ਵੀ ਫਲ ਮਿਲੇ। ਹੁਣ ਇਸ ਤਰ੍ਹਾਂ ਜੋ ਇਹ ਬੰਦਾ ਸਿੱਟ ਰਿਹਾ ਉਹ ਫਲ ਨਹੀਂ ਲੈ ਰਿਹਾ, ਪਾਪ ਖੱਟ ਰਿਹਾ ਆਪਣੇ।
ਲੋਕਾਂ ਕਰਕੇ ਜਿਹੜੇ ਮੂਰਤੀਕਾਰ ਨੇ ਉਹਨਾਂ ਨੇ ਈਕੋ ਫ੍ਰੈਂਡਲੀ ਮੂਰਤੀਆਂ ਬਣਾਉਣੀ ਵੀ ਸ਼ੁਰੂ ਕੀਤੀ ਹੈ ਤਾਂ ਕਿ ਲੋਕੀ ਜਿਹੜਾ ਉਹਨਾਂ ਨੂੰ ਜਾਂ ਤਾਂ ਜਿਵੇਂ ਬਹਾਉਂਦੇ ਨੇ ਵਿਸਰਜਨ ਕਰਦੇ ਨੇ ਹਨਾ ਉਹ ਮੂਰਤੀਆਂ ਬਣਾਉਣੀ ਸ਼ੁਰੂ ਕਰ ਲੇਕਿਨ ਉਸ ਤੋਂ ਬਾਵਜੂਦ ਲੋਕੀ ਇੱਥੇ ਰੱਖ ਕੇ ਜਾਂਦੇ ਕੀ ਕਾਰਨ ਹਾਲੇ ਤੱਕ ਸਮਝ ਆਇਆ ਕਿਉਂਕਿ ਤੁਸੀਂ ਤਾਂ ਲੰਬੇ ਸਮੇਂ ਤੋਂ ਜੁੜੇ मैम ये तो आप नहीं समझ आया कि ये कारण क्या वा लोगों का मैं तो समझ नहीं आया कि कारण कि जिहड़ा बंदा बंदा तो चलो सिट दे भगवान की मूर्ति नूं सिट रहा वो बंदा फिर पता नहीं क्या चीज़ होनी है और रब होना या कुछ होना ये आप नहीं समझ आ रही। जो भी मैं मंदिर जाना मैं कित भी जाना रास्ते ये चीज़ देखता मेरा मन बहुत दुखदा अगर मैं कोई कहे भगवान सिट दे मैं आप सिट जूँ गिर जूँगा पर यह चीज़ मेरे हाथ ही रहेगी। मैं लोगों तो भी यही निवेदन करदा कि आस्था नूं पूरा रखो अगर आप आस्था नूं पूरा रखांगे तुहानूं फल अगे वधिया मिलेगा। जो संसार च गलत हो रही है प्रगोतियां आ रही हैं भगवान देखते ही पे है अगर आप रब नूं मानदे रब की आस्था हर जगह पर हैगी है। ठीक है मैं लोगों तो यही चाहना कि लोग ये चीज़ों का नादर ना करन ते अपना विधिपूर्वक ढंग ने इहदा निवारण करन। चंडीगढ़ च भी मैं प्रशासन तो भी यही मांग करदा कि जिस तरह चंडीगढ़ प्रशासन ने फुलां की गड्डी चलाई हुई है वह फुलां की गड्डी कलैक्ट करती है मंदिर फुल फुल करके तनास च अगरबत्ती बनाती है। इस तरह एक गड्डी चले जी चंडीगढ़ च कि वो कलैक्ट करे रीसाइकलिंग करे जा जिस तरह भी जो यूजलैस यूज आ यूज़ करन बाकी जिस तरह भी वो अपने आप निवारण खड्डा मार के जब सरकारी जगह कोई भी हैगी कहीं भी निवारण कर देन। बस मेरी प्रशासन तो भी काफ़ी टाइम तो यह है कि मैं ये चीज़ों का भी गौर करो कि जिहड़ी चीज़ां अगर चंडीगढ़ ब्यूटी अगर इनू नहीं चकते कूड़े वाले इनू लैके जाऊगे कूड़े वाले जिथे मर्जी कूड़े दे विच जाऊगे कूड़े दे विच सारे शहर का गंद भगवान पे हुए कोई बंदा देखता तो किस तरह लगता। मैं प्रशासन तो यही चाहना कि प्रशासन भी यही चीज़ों सोचे हर काम तो प्रशासन करता ही है। जिस तरह इन्हें पोलीथीन मुक्त अभियान चलाया सी अगर वो उपर चलान कर देंदे सी मैं कहिंदा जो कोई बंदा यही दिखता वो उपर भी चलान किया जाए। ते मूर्ति पूजा करते ने लोकी अपने घर दे विच लेकिन इत्थे आके सुट देंदे ने एक केड़ी तरीके की पूजा हैगी है। कई लोग नूं ये भी नहीं पता कि पिप्पल दे थल्ले की चीज़ रखनी चाहिए है की चीज़ नहीं रखनी चाहिए है निवारण कित्थे करना चाहिए। अक्सर असी पानी तो देखते हैं कि बहते पानी चो कहते हैं कि उत्थे बहा देनी चाहिए है। निश्चित जी वैसे तो किसी चाहिए नहीं करना भी तुम अपनी मूर्तियां भगवान दी तुम निरादर करो तुम उन्होंने प्रॉपरली अगर तुम खरीदो ही ना अगर तुम ऐसे ऐसे बेकरदी करनी है क्यों खरीद दो हाथ जोड़ के भगवान को प्रार्थना कर दो सुन लेंगे भगवान अब तुम घर के मूर्तियां पैसे खर्च के मूर्ति लाते हो जब थोड़ा फंक्शन खत्म हो गया चाहे अच्छी खंडित मूर्ति हो चाहे अच्छी मूर्ति हो जाके पेड़ से रख दो कि अच्छी अच्छी मूर्तियां हैं खराब नहीं हुई ये भी रख दी उन्होंने ये खुद समझना चाहिए। साढ़े हिंदू धर्म का ना बहुत अपमान हो रहा है नहीं तो हिंदू धर्म कुछ ही धर्म जैसी वो बेकदरी नहीं है साढ़े धर्म का बेकदरी हो रही है बहुत ज़्यादा ये रोकनी चाहिए किसी तरह लोगों को अवेयरनेस आनी चाहिए अंदर भी तुम प्रॉपरली वो निवारण करो यदा इदा नहीं तुम अपने पैरों से रोल दो उन्होंने बस यही सा गुजारिश है भी चाहे एडमिनिस्ट्रेशन को चाहे लोगों को खुद भी समझ होनी चाहिए इस चीज़ बस यही चाहते जी। लोकी मंदिर आके तो रूल फॉलो करते हैं लेकिन उस तो बाद वो रूल भूल जाते हैं क्योंकि यही चुनिया घर चढ़ी होंगी है यही साढ़े पैरों थले आ जी बहुत बुरा लगता है सानू बहुत बुरा क्या मतलब हम मतलब दिल से रोते हैं इस चीज़ को कि कितनी बेअदबी हो रही है। वो भी भगवान ये भी पीपल ब्रह्मा रूम मानते हैं पीपल को पीपल के नीचे रखते हैं भाई कम से कम इनको अपने हिसाब से इनको जैसे भी है अपने नहीं है जगह आपकी तो जैसे गौशाला 45 सेक्टर में अभी व्हाट्सएप पे मैसेज आ रहे हैं सबके तो वहाँ छोड़ा वो अपने आप कितना टाइम लगता है दफ्तर आते जाते वहाँ रखा वो तो कह रहे हैं कि हमारे पास भेजो हम इसका निवारण करेंगे। हम एडमिनिस्ट्रेशन से भी चाहते हैं कि हमें तो नहीं पता इस चीज़ का कि कहाँ जगह है इस चीज़ के लिए उनके पास बड़े बड़े विद्वान हैं अच्छे अच्छे टेक्नीशियन हैं अच्छे अच्छे इंजीनियर हैं वो बता दें कि इनका क्या करना चाहिए। हमें बहुत खुशी होगी अगर एडमिशन थोड़ा सा ध्यान दें और लोग भी जागरूक रहें कि कम से कम पीपल के नीचे ऐसी मूर्तियों को तो ना रखो ये भी देवता ही हैं हमारे ये भी तो ब्रह्म है इतनी ऑक्सीजन हमें मिलती है इतने लोगों का भला अपना भरण पालन पोषण होता है ऑक्सीजन से ऑक्सीजन तो बड़ी बड़ी चीज़ है और उसके नीचे आप ऐसा कर रहे हो बहुत तो भी दस दें कि चंडीगढ़ के एक पिप्पल का पेड़ है बहुत पेड़ ने इतने ना ग्रीन सिटी हैगी असं कहते अच्छा असं दूजे धर्मों की गल करिए चाहे सिखी की गल करिए उत्थे भी बड़ा मूर्ति पूजा नहीं करते लेकिन जेकर माड़ी जी भी कोई उन्होंने धर्म के खिलाफ चीज़ कर लिए तो बेअदबी मनी बेअदबी मनी जाती है बाकी धर्मों च नहीं है साढ़े धर्म से ज़्यादा है अगर आप लोगों को यह चीज़ा समझा जिस तरह दूसरे धर्म अपने सिख धर्म है किसी भी कोई भी धर्म है उस इदा का गलती कोई भी करता नज़र नहीं आएगा। साढ़े धर्म जो जिथे मर्जी जो मर्जी सिटी हो पर भगवान सिट रहे लोग वो बहुत बड़े बंदे आ जोड़े सिट रहे
की करना चाहिए वैसे लोगों को? लोगों को मैं ये चाहिए कि अगर तुहाडे को कोई निवारण नहीं है आप ही खड्डा मारो सैक्टर च या कितने भी कोई भी देश कितने भी सुन रहे तुहाडे चैनल के माध्यम से एक जगह बना लो कोई स्थान बना लो जिदा धार्मिक स्थान कोई बंदे संस्था होंगी आ एक जगह तो कलैक्ट करके वो खड्डा मार के जेसी भी ना उत्थे दफना दो जिहड़ी जोतां जां डब्बियां वो तुसीं उहनूं कैरी च रख के अग लगा दो राख बन जाएगी। मैं तो हाथ हूँ नवरात्रे आ रहे हैं मेरी तो हाथ जोड़ के यही गुजारिश है नवरात्रियों को यही काम ना करो। मैं जो मंदिर पहले नवरात्रे माता के पहले नवरात्रे जगह पहले ही सड़क पर मैं माता की फोटो चकी सी मेरा मन इन्ना दुखिया मैं कहा बधाई तो क्या देनी लोगों को ये मेरा मन दुखिया। मैं लोगों को यही कहना कि तुम मूर्तियां लिया अपना पूरा मैं हूँ मंदिर ना जावा मैं दूर ही हाथ जोड़ लगा भगवान मेरी सुनेंगे नहीं मेरी बहुत सुनेंगे सुनते भी पे आ अगर आप भगवान को दिल च रखे ना दिल च मेरे दुआ हूँ मैं तुम्हें पहला भी चैनल दसिया कि मैं तो कभी भी ना ये काम करा ना मेरी अंदरों आवाज़ भी अलाउ नहीं करती कि पेड़ से जाके जो पेड़ों के थले या पिपल के थले निवारण नहीं है कि पिपल के थले है कि पिपल कि मूर्ति रख दो निवारण हो गया निवारण नहीं है वो गंदगी है। अगर कोई देखता सड़कों से रुल रही पैरों से रुल रही जिस तरह तुम उन्हें खिंचिया फोटो यदि तुम्हें पता ही है कि खिलड़ी हुई फोटो अगर असं नहीं कलैक्ट करा ये सड़कों पर रुलती रहेगी कूड़े वाले लेके जा रहे हैं। रब नूं असीं मनदे हैं ते मनना सिर्फ मंदिरां च नहीं हुंदा वह हमेशा ही उन्हां नूं मनदे रहो ते मनन दा तरीका यही है कि बेअदबी ना होण दो। तुसीं जिस धर्म नूं भी बिलोंग करदे हो उसनूं उसदी रिस्पैक्ट करनी बेहद ज़्यादा जरूरी है ते रिस्पैक्ट कहिंदे ने वैसे भी जिहड़े रब हुंदे हैं उन्हां नूं किसी चीज़ की लोड़ नहीं हुंदी सिर्फ एक बारों भी मत्था तुसी टेक सकते हो जेकर तुसी कदर नहीं कर सकते ते अजे ही चीज़ां भी ना करो ताकि साढ़े रब की जिहड़ी इत्थे बेअदबी जिस तरीके नाल हो रही है वह ना हो जेकर तुहानू जिहड़े अपनी मूर्तियां किते भी रखनी है निवारण करना है तो जिस तरीके दस्या गया कि उन्हां नू तुसी जिहड़ा है गड्ढा खोद के मिट्टी के अंदर रख सकते हो लेकिन वह भी एक अजिही थां ते जिथे कि तुसी सेफ प्लेस जिहड़ा कढ़िया जाए कहा जाए या फिर अलग तो जिहड़ा तुसी उसनू रख सकते हो। तो बड़ा अच्छा उपराला इन्हां वल्लों किया जा रहा है लेकिन यह उपराला सिर्फ देखण दे लई है इन्हां को इन्हां ने इन्हां दे कोल आउण दे लई नहीं है बल्कि इसनू अपनाउण दे लई भी है ते जिथे भी हो तो इस चीज़ नू जरूर देखो कि तुसी किसी भी तरीके नाल अपने धर्म की अपने रब की बेअदबी ना करो। कैमरा परसन प्रदीप दे नाल पूजा वर्मा साझा टीवी चंडीगढ़।